सिद्धू दे सुपने होण जा रहे ने सारे पूरे। सिद्धू मूसे वाले दे परिवार ने कहा कि सारे सुपने उस दे पूरे करन दी कर रहे हैं कोशिश। पिंड दे विच विकास कार्ज चल रहे ने तेजी दे नाल। सिद्धू मूसे वाले दे परिवार वालों अज पिंड दे विकास कार्जां दी नींह पत्थर रखदे आ। सिद्धू मूसे वाले दी माता ने कहा कि सिद्धू ने बहुत सारे सुपने देखे सी अपने पिंड तों शुरुआत करके पूरे पंजाब दे विकास दी गल सिद्धू दे दिमाग दे विच चलदी सी, पर अज उह साडे विच नहीं, पर उसदे सुपने पूरे करन दे लई असीं कोशिश कर रहे हां ते सिद्धू दे सारे सुपने असीं जल्दी ही पूरे करांगे। ते सिद्धू मूसे वाले दे पिंड दे विच बन रहीआं सड़कां दे विकास कार्ज जिहड़े लगातार चल रहे ने, हालांकि थोड़ा समां सी पर फिर भी परिवार वल्लों विकास कार्ज करवाए जा रहे ने। अज नींह पत्थर रखा गया एक सड़क का, जिस सड़क नूं पक्का करवाया जा रहा। पिंड दीआं बहुत सारीआं सड़कां लगातार पक्कीआं हो रहीआं ने, चाहे वह खूह होण चाहे नाले होण, सब पक्के करवाए जा रहे ने। तो उत्थे ही सिद्धू मूसे वाला दे परिवार अज नींह पत्थर रखण दे लई पहुंचे, क्योंकि सिद्धू दे माता पिंड दे सरपंच ने ते सरपंच तौर ते उह अज नींह पत्थर रखण दे लई पहुंचे। उन्हां इह वी कहा कि सिद्धू दे जिहड़े वी सुपने रहिंदे ने असीं उन्हां नूं वी पूरे करांगे। अज सिद्धू इस दुनिया दे विच नहीं, पर उसदे सुपने जिहड़े उसने सोचे सी ਉਹ ਅਸੀਂ ਸਾਰੇ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਹਾਂ। ਉਹ ਆਪਣੇ ਪਿੰਡ ਨੂੰ ਬਹੁਤ ਸੋਹਣਾ ਬਣਾਉਣਾ ਚਾਹੁੰਦਾ ਸੀ ਅਤੇ ਉਸੇ ਕੋਸ਼ਿਸ਼ ਦੇ ਨਾਲ ਅਸੀਂ ਸਾਰੇ ਪਿੰਡ ਦੀਆਂ ਸੜਕਾਂ ਪੱਕੀਆਂ ਕਰ ਰਹੇ ਹਾਂ। ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਬਿਆਨ ਦਿੱਤਾ ਕਿ ਸਿੱਧੂ ਦੇ ਸਾਰੇ ਸੁਪਨੇ ਅਸੀਂ ਪੂਰੇ ਕਰ ਰਹੇ ਹਾਂ ਅਤੇ ਜਿਹੜੇ ਸੁਪਨੇ ਸਿੱਧੂ ਨੇ ਦੇਖੇ ਸੀ, ਚਾਹੇ ਉਹ ਕੈਂਸਰ ਹਸਪੀਟਲ ਹੋਵੇ, ਚਾਹੇ ਉਹ ਪਿੰਡ ਦਾ ਨੁਹਾਰ ਬਦਲਣ ਦੀ ਹੋਵੇ, ਚਾਹੇ ਮਾਨਸਾ ਦੇ ਵਿਕਾਸ ਦੀ ਹੋਵੇ, ਸਾਰੇ ਅਸੀਂ ਪੂਰੇ ਕਰਾਂਗੇ। ਹੋਰ ਕੀ ਕੁਝ ਕਿਹਾ ਪਰਿਵਾਰ ਨੇ ਉਹ ਵੀ ਸੁਣ ਲਓ। ਤਕਰੀਬਨ ਸਾਡੇ ਸਾਰੇ ਪਾਸ ਹੋ ਗਿਆ, ਸਾਰਾ ਬਿਹੜੇ ਦਾ ਸਾਰਾ ਜਿੱਥੇ ਤੋਂ ਸਾਨੂੰ ਲੱਗਦਾ ਸੀਗਾ ਵੀ ਇੱਥੇ ਹੋਣਾ ਚਾਹੀਦਾ ਉਹ ਹੋ ਗਿਆ, ਪਰ ਇਹ ਰਹਿੰਦਾ ਸੀ ਜਦੋਂ ਪੰਚਾਇਤਾਂ ਭੰਗ ਹੋ ਗਿਆ ਸੀ ਥੋੜ੍ਹੀ ਜਿਹੀ ਨਿਰਾਸ਼ਾ ਹੋਈ ਵੀ ਸੀ, ਮੈਂ ਉਹ ਕੰਮ ਨਹੀਂ ਕਰ ਸਕੀ, ਮੈਨੂੰ ਜਾਣੀ ਕਿ ਬਹੁਤ ਨਿਰਾਸ਼ਤਾ ਹੋਈ, ਪਰ ਫਿਰ ਚਲੋ ਵਾਹਿਗੁਰੂ ਨੇ ਸੁਣ ਲਈ ਅਤੇ ਇਹ ਗਲੀਆਂ ਬਣਾਉਣ ਦਾ ਮਾਣ ਵੀ ਸਾਨੂੰ ਮਿਲਿਆ। ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਵੀ ਸਾਰੇ ਯੁੱਗ ਯੁੱਗ ਜਿਉਣ ਅਤੇ ਸਾਡਾ ਜਿਹੜਾ ਪਿੰਡ ਮੂਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਚੱਲੇ। ਇਹ ਸੁਪਨੇ ਸੋਚੇ ਸੀ ਸਿੱਧੂ ਨੇ ਤੁਹਾਡੇ ਥਰੂ ਪੂਰੇ ਹੋ ਰਹੇ ਆ ਸਾਰੇ? ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਉਹਦੇ ਹਜੇ ਰਹਿ ਗਏ ਵੀ ਉਹ ਅਸੀਂ ਹੋਰ ਉਹਦੇ ਪੂਰੇ ਕਰ ਸਕੀਏ। ਜਿਸ ਹਿਸਾਬ ਨਾਲ ਉਹਨੇ ਆਪਣੇ ਪਿੰਡ ਦੀ ਪੰਚਾਇਤੀ ਚੋਣ ਲੜੀ ਅਤੇ ਉਹਨੇ ਮੁੜ ਕੇ ਆਪਣੇ ਹਲਕੇ ਲਈ ਵੀ ਚੋਣ ਲੜਨ ਦੀ ਕੋਸ਼ਿਸ਼ ਕੀਤੀ ਅਤੇ ਜਿਵੇਂ ਉਹ ਚਾਹੁੰਦਾ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ, ਭਾਵੇਂ ਅਸੀਂ ਅੱਗੇ ਸਰਪੰਚ ਰਹੀਏ ਚਾਹੇ ਨਾ ਰਹੀਏ, ਪਰ ਅਸੀਂ ਆਪਦੇ ਸ਼ੁਭ ਦੇ ਬੋਲ ਪਗਾਵਾਂਗੇ। ਜੋ ਕੁਛ ਵੀ ਪਿੰਡ ਦੇ ਵਿੱਚ ਕਿਸੇ ਚੀਜ਼ ਦੀ ਘਾਟ ਮਹਿਸੂਸ ਹੋਈ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਕਹਿਣਾ ਤਾਂ ਲੋਕਾਂ ਨੇ, ਅਗਰ ਮੈਂ ਤਾਂ ਕੋਸ਼ਿਸ਼ ਹੀ ਕਰ ਸਕਦਾ ਹੈ ਨਾ। ਇਹ ਪਰੰਤੂ ਇਸ ਗਲੀ ਦਾ ਅਤੇ ਇੱਕ ਪਰਲੇ ਪਾਸੇ ਦੋ ਗਲੀਆਂ ਸਾਡੀਆਂ ਰਹਿ ਗਈਆਂ ਸੀਗੀਆਂ, ਚਾਹੁੰਦੇ ਬੜੇ ਚਿਰ ਤੋਂ ਸੀ। ਇੱਕ ਤਾਂ ਇਹਨਾਂ ਦਾ ਬਜਟ ਕਾਫੀ ਸੀ ਅਤੇ ਹੁਣ ਜਾ ਕੇ ਸੰਭਵ ਹੋਇਆ। ਇੱਕ ਦੋ ਗਲੀਆਂ ਨੇ, ਸੱਤ ਬ੍ਰਾਂਚਾਂ ਨੇ ਲਗਭਗ ਸਾਰੀਆਂ, ਅਤੇ ਟਾਈਮ ਵੀ ਸਾਡੇ ਕੋਲ ਸੀਮਤ ਹੀ ਰਹਿ ਗਿਆ ਅਤੇ ਹੁਣ ਇਹਨਾਂ ਦਾ ਉਲਾਂਭਾ ਜਿਹੜਾ ਨਿਵਾਸੀਆਂ ਦਾ ਸਾਰਾ ਲਾ ਕੇ ਜਾਵਾਂਗੇ। ਦਿਵਾਲੀ ਤੋਂ ਪਹਿਲਾਂ ਸਾਰਾ ਵਧੀਆ ਹੋ ਕੇ ਹੋ ਜੂਗਾ।